ਸਤਿਗੁਰ ਜੀ ਸਾਰਿਆਂ ਨੂੰ ਸੋਨ ਰਿਓ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਇਮੀਗ੍ਰੇਸ਼ਨ ਦੇ ਬਾਰੇ ਸਭ ਨੂੰ ਪਤਾ ਲੱਗ ਗਿਆ 40000 ਦਾ ਕੋਟਾ ਵਧਿਆ ਪਰ ਬਹੁਤ ਸਾਰੇ ਸਵਾਲ ਹੁਣ ਵੀ ਨੇ ਇਟਲੀ ਦੇ ਵਿੱਚ ਸਨਾ ਤੋਰੀਆ ਕਦੋਂ ਖੁੱਲੂਗਾ 2022 ਵਾਲੇ ਜਿਹੜੇ ਬੰਦੇ ਐ ਕੀ ਇਹਨਾਂ ਨੂੰ ਪੱਕਾ ਕੀਤਾ ਜਾਊਗਾ ਇਟਲੀ ਦੇ ਵਿੱਚ ਜਿਹੜੇ ਹੋਣ ਕੱਚੇ ਬੰਦੇ ਨੇ ਉਹਨਾਂ ਦਾ ਕੀ ਬਣੂਗਾ ਦੇਖੋ ਸਰਕਾਰ ਨੇ ਪਹਿਲਾਂ ਬਹੁਤ ਸਾਰੇ ਵਾਅਦੇ ਜ਼ਰੂਰ ਕੀਤੇ ਆ ਪਰ ਇਸ ਟਾਈਮ ਤੱਕ ਕਾਨੂੰਨ ਪਾਸ ਕੀਤਾ ਇਹਦੇ ਵਿੱਚ ਸਿਰਫ ਤੇ ਸਿਰਫ ਜਿਨ੍ਹਾਂ ਬੰਦਿਆਂ ਨੇ ਮਾਰਚ ਤੋਂ ਬਾਅਦ ਇਟਲੀ ਦੇ 9 ਮਹੀਨਿਆਂ ਦੇ ਸੀਜ਼ਨ ਵਰਕ ਪਰਮਿਟ ਦੀ ਜਿਹੜੀ ਆ ਐਪਲੀਕੇਸ਼ਨ ਭਰੀ ਹੋਈ ਆ ਉਹਨਾਂ ਦੇ ਵਿੱਚੋਂ ਹੀ 40000 ਬੰਦੇ ਨੂੰ ਆਉਣ ਦੀ ਪਰਮਿਸ਼ਨ ਹੋਰ ਦਿੱਤੀ ਆ ਕੋਟਾ ਸਿਰਫ 40000 ਦਾ ਵਧਾਇਆ ਇਸ ਦੇ ਵਿੱਚ 2022 ਦੇ ਜਿਹੜੇ ਬੰਦੇ ਆ ਜਿਨ੍ਹਾਂ ਦੀਆਂ ਸਜੂਰਨਾਂ 9 ਮਹੀਨੇ ਦੀਆਂ ਖਤਮ ਹੋ ਚੁੱਕੀਆਂ ਨੇ ਪਹਿਲਾਂ ਸਰਕਾਰ ਨੇ ਕਿਹਾ ਸੀ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਸਜੂਰਨਾਂ ਨੂੰ ਵਧਾ ਦਿੱਤਾ ਜਾਊਗਾ ਪਰ ਫਿਲਹਾਲ ਇਸ ਮੌਜੂਦਾ ਕਾਨੂੰਨ ਦੇ ਵਿੱਚ 2022 ਦੇ ਵਿੱਚ 9 ਮਹੀਨੇ ਤੱਕ ਇਹ ਬੰਦਿਆਂ ਦੀਆਂ ਐਕਸਪਾਇਰ ਹੋਈਆਂ ਸਜੂਨਾਂ ਨੂੰ ਵਿਦਾਨ ਦਾ ਕੋਈ ਕਿਸੇ ਪਾਸੇ ਵੀ ਇਹਨਾਂ ਨੇ ਕੁਝ ਨਹੀਂ ਲਿਖਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਰ ਸਕਦੇ ਆ ਫਿਲਹਾਲ ਜਿਹੜਾ ਕਾਨੂੰਨ ਇਹਨਾਂ ਨੇ ਕੌਂਸੀਲਿਓ ਦੇ ਮਿਨਿਸਟਰੀ ਦੇ ਵਿੱਚ ਪਾਸ ਕੀਤਾ ਉਹਦੇ ਵਿੱਚ ਨਹੀਂ ਲਿਖਿਆ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋ ਸਕਦਾ ਉਸੇ ਹੀ ਤਰ੍ਹਾਂ ਜਿਹੜੇ ਇਟਲੀ ਦੇ ਵਿੱਚ ਕੱਚੇ ਬੰਦੇ ਨੇ ਉਹਨਾਂ ਦੇ ਲਈ ਵੀ ਇਮੀਗ੍ਰੇਸ਼ਨ ਦਾ ਕੋਈ ਅਪਡੇਟ ਨਹੀਂ ਹੈ ਸਰਕਾਰ ਨੇ ਫਿਲਹਾਲ ਕੁਝ ਨਹੀਂ ਕੀਤਾ ਕਿ ਕੇਸ ਵੇਲੇ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਸਿਰਫ ਇਹੀ ਕਿਹਾ ਜਾ ਰਿਹਾ ਕਿ ਇਟਲੀ ਦੇ ਵਿੱਚ ਲੀਗਲ ਇਨਫੋਰਮੇਸ਼ਨ ਲੀਗਲ ਇਮੀਗ੍ਰੇਸ਼ਨ ਨੂੰ ਵਡਾਵਾ ਦਿੱਤਾ ਜਾਊਗਾ ਇਟਲੀ ਦੇ ਵਿੱਚ ਆਉਣ ਵਾਲੇ 3 ਸਾਲਾਂ ਦੇ ਵਿੱਚ 4.5 ਲੱਖ ਬੰਦਾ ਇਟਲੀ 'ਚ ਐਂਟਰ ਕੀਤਾ ਜਾਊਗਾ ਉਸ ਤੋਂ ਬਾਅਦ ਗੱਲ ਦੇਖਣ ਨੂੰ ਮਿਲ ਰਹੀ ਹੈ ਬਹੁਤ ਸਵਾਲ ਜੋ ਪੁੱਛੇ ਜਾ ਰਹੇ ਨੇ ਕਿ ਸਾਡੀ ਜਿਹੜੀ ਅਪਾਇੰਟਮੈਂਟ ਆ ਇੰਡੀਆ ਦੇ ਵਿੱਚ ਐਮਬੈਸੀ ਦੇ ਵਿੱਚ ਨਹੀਂ ਮਿਲ ਰਹੀ ਦੇਖੋ ਜੀ ਅਪਾਇੰਟਮੈਂਟਾਂ ਦੀ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਹੈ ਸ਼ਾਇਦ ਉਹ ਓਵਰ ਬੁਕਿੰਗ ਚੱਲ ਰਹੀ ਹੈ ਸ਼ਾਇਦ ਤੁਹਾਨੂੰ ਉਹਨਾਂ ਬੰਦਿਆਂ ਦੇ ਨਾਲ ਯਕੀਨਯੋਗ ਬੰਦਿਆਂ ਦੇ ਨਾਲ ਕੰਟੈਕਟ ਕਰਨਾ ਪੈਣਾ ਜਿਹੜੇ ਫਾਈਲ ਸਬਮਿਟ ਕਰਦੇ ਆ ਜੇਕਰ ਤੁਸੀਂ ਉਹਨਾਂ ਨਾਲ ਕੰਟੈਕਟ ਕਰੋਗੇ ਜੋ ਵੀ ਤੁਹਾਡਾ ਯਕੀਨ ਲਾਇਕ ਆ ਉਹ ਤੁਹਾਡੀ ਹੈਲਪ ਕਰ ਸਕਦਾ ਤੁਹਾਨੂੰ ਅਪਾਇੰਟਮੈਂਟ ਦਵਾ ਸਕਦਾ ਜੀ ਸਭ ਤੋਂ ਪਹਿਲੇ ਅਪਡੇਟ ਵਾਲ ਚੱਲਦੇ ਆ ਜੀ ਇਟਲੀ ਦੇ ਵਿੱਚ ਇੱਕ ਸਭ ਤੋਂ ਪਹਿਲਾ ਅਪਡੇਟ ਆ ਰਿਹਾ ਜੀ ਬੋਨਸ ਆਉਤੋ ਗੱਡੀਆਂ ਖਰੀਦਣ ਦੇ ਲਈ ਜੋ ਬੌਂਸ ਜੋ 25000 ਤੋਂ ਲੈ ਕੇ 5000 ਤੱਕ ਜਾਂਦਾ ਡਿਪੈਂਡ ਕਰਦਾ ਹੈ ਗੱਡੀ ਕਿੰਨੇ ਪ੍ਰਦੂਸ਼ਣ ਫਲਾਣ ਵਾਲੀ ਲੈ ਰਹੇ ਆ ਅਸੀਂ ਇਲੈਕਟ੍ਰੋਨਿਕ ਗੱਡੀ ਲੈ ਰਹੇ ਆ ਹਾਈਬ੍ਰਿਡ ਗੱਡੀ ਲੈ ਰਹੇ ਆ ਕਿਹੜੀ ਗੱਡੀ ਲੈ ਰਹੇ ਆ ਪੈਟਰੋਲ ਵਾਲੀ ਆ ਡੀਜ਼ਲ ਵਾਲੀ ਆ ਐਰੋ ਕਿੰਨੇ ਐਰੋ ਸ਼ੇ ਆ ਕਿਹੜੇ ਐਰੋ ਵਾਲੀ ਗੱਡੀ ਆ ਹੁਣ ਇਹ ਜਿਹੜਾ ਬੋਨਸ ਇਸ ਦੇ ਬਾਰੇ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਸੀ 25000 ਤੋਂ ਸ਼ੁਰੂ ਹੁੰਦਾ ਇਹ ਜਿਹੜਾ ਬੋਨਸ ਆ ਇਹ ਸਰਕਾਰ ਦਾ ਇੱਕ ਸ਼ੁਨਸ਼ਣਾ ਬਣ ਕੇ ਰਹਿਣ ਲੱਗਾ ਕਿਉਂ ਇਹ ਇਸ ਕਰਕੇ ਜੋ ਇਹ ਜੋ 25000 ਤੋਂ ਲੈ ਕੇ 50000 ਰੁਪਏ ਤੱਕ ਦਾ ਦਾ ਡਿਸਕਾਊਂਟ ਗੱਡੀਆਂ ਤੇ ਮਿਲਦਾ ਜੀ ਇਹੇ ਡਿਸਕਾਊਂਟ ਨਾ ਬਰਾਬਰ ਹੋ ਸਕਦਾ ਉਹ ਇਸ ਕਰਕੇ ਕਿਉਂਕਿ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਜਿਸ ਦਿਨ ਤੁਸੀਂ ਇੱਕ ਨਵੀਂ ਗੱਡੀ ਖਰੀਦਣ ਦੇ ਲਈ ਕੰਟਰੈਕਟ ਕਰਦੇ ਹੋ ਤਾਂ ਉਸ ਦਿਨ ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੇ ਹੱਥ ਦੇ ਵਿੱਚ ਗੱਡੀ ਦੀਆਂ ਚਾਬੀਆਂ ਹੋਣੀਆਂ ਚਾਹੀਦੀਆਂ ਸੁਣਨ ਨੂੰ ਇਹ ਬਹੁਤ ਹੀ ਵਧੀਆ ਲੱਗ ਰਿਹਾ ਸੁਣਨ ਨੂੰ ਇਹ ਬਹੁਤ ਹੀ ਸੌਖਾ ਲੱਗ ਰਿਹਾ ਪਰ 6 ਮਹੀਨੇ ਤੋਂ ਵੱਧ ਟਾਈਮ ਲੱਗ ਰਿਹਾ ਇਹਨਾਂ ਦਿਨਾਂ ਦੇ ਵਿੱਚ ਗੱਡੀਆਂ ਨੂੰ ਨਵੀਂ ਗੱਡੀ ਨੂੰ ਲਿਆ ਕੇ ਦੇਣ ਦੇ ਵਿੱਚ ਉਹ ਇਸ ਕਰਕੇ ਕਿਉਂ ਗੱਡੀਆਂ ਦੇ ਬਹੁਤ ਸਾਰੀਆਂ ਜਿੱਪਾਂ ਨੇ ਗੱਡੀਆਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਾਰਟ ਨੇ ਪੁਰਜ਼ੇ ਨੇ ਜੋ ਬਣ ਕੇ ਆਣ ਨੂੰ ਅਸੈਂਬਲ ਹੋਣ ਨੂੰ ਜਿਨ੍ਹਾਂ ਦੀ ਕਮੀ ਚੱਲ ਰਹੀ ਆ 6 ਮਹੀਨੇ ਤੋਂ ਟੱਪ ਜਾਂਦਾ ਟਾਈਮ ਇਸ ਕਰਕੇ ਜੇ ਦਾ 6 ਮਹੀਨੇ ਦੇ ਵਿੱਚ ਵਿੱਚ ਗੱਡੀ ਸਾਨੂੰ ਮਿਲ ਜਾਂਦੀ ਹੈ ਗੱਡੀ ਦੀ ਚਾਬੀ ਮਿਲ ਜਾਂਦੀ ਹੈ 5000 ਦਾ ਡਿਸਕਾਊਂਟ ਮਿਲਣਾ ਨਹੀਂ ਤਾਂ 5000 ਯਰੋ ਵੀ ਸਾਡੇ ਸਿਰ ਸਾਡੇ ਪੱਲਿਓਂ ਹੀ ਚਲਾ। ਅਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਕੋਲ ਮੰਗ ਕੀਤੀ ਜਾ ਰਹੀ ਹੈ ਕਿ ਇਸ ਜਿਹੜਾ ਟਾਈਮ 6 ਮਹੀਨੇ ਤੋਂ ਕੱਟ ਕੇ 9 ਮਹੀਨੇ ਤੱਕ ਕੀਤਾ ਜਾਵੇ। ਅਤੇ ਇਹ ਬੋਨਸ ਉਹਨਾਂ ਦੇ ਲਈ ਵੀ ਹੋਵੇ ਜਿਨ੍ਹਾਂ ਨੇ ਪਹਿਲਾਂ ਗੱਡੀਆਂ ਖਰੀਦੀਆਂ ਹੋਈਆਂ ਨੇ। ਉਸ ਤੋਂ ਬਾਅਦ ਇੱਕ ਹੋਰ ਬਹੁਤ ਵੱਡਾ ਅਪਡੇਟ ਵੱਡਾ ਅਪਡੇਟ ਕੀ ਅਸੀਂ ਇਹਨੂੰ ਕਹਾਂਗੇ ਕਿ ਇਟਲੀ ਦੇ ਵਿੱਚ ਪਹਿਲਾਂ ਕਲਾਬਰੀਆ ਸਰਦੇਨੀਆਂ ਟਸਕਾਨਾ ਇਹਨਾਂ ਦੇ ਵਿੱਚ ਇੱਕ ਐਮਰਜੈਂਸੀ ਸਿਚੁਏਸ਼ਨ ਆ ਜਿਹੜੀ ਉਹ ਬਣਾਈ ਗਈ ਸੀ ਐਮਰਜੈਂਸੀ ਟੈਸਟਿੰਗ ਕੀਤੀ ਗਈ ਹੁਣ ਇਮੀਲੀਆ ਰੋਮਾਨੀਆ ਦੇ ਵਿੱਚ ਕੀਤੀ ਜਾਣੀ ਐਮਰਜੈਂਸੀ ਸਿਚੁਏਸ਼ਨ ਕੀ ਹੈ ਜੀ ਦੇਖੋ ਦਿਨ 10 ਜੁਲਾਈ ਦੁਪਹਿਰ ਨੂੰ 12 ਵਜੇ ਦੇਨ 10 ਜੁਲਾਈ ਦੁਪਹਿਰੇ 12 ਵਜੇ ਜਿੰਨੇ ਵੀ ਇਮੀਗਰੀਆ ਰូមਾਨੀਆ ਦੇ ਵਿੱਚ ਰਹਿ ਰਹੇ ਨੇ ਸਾਰਿਆਂ ਦੇ ਟੈਲੀਫੋਨ 12 ਵਜੇ ਵੱਜਣ ਲੱਗ ਜਾਣੇ ਟੈਲੀਫੋਨ ਦੀਆਂ ਘੰਟੀਆਂ ਵੱਜਣ ਲੱਗ ਜਾਣੀਆਂ ਇਹ ਜਿਹੜੀਆਂ ਘੰਟੀਆਂ ਇੱਕ ਤੋਂ 2 ਮਿੰਟ ਵੱਜ ਸਕਦੀਆਂ ਤੁਸੀਂ ਜੇਕਰ ਬਚਣਾ ਇਸ ਨੂੰ ਆਪਣੇ ਫੋਨ ਨੂੰ 12 ਵਜੇ ਫਲਾਈਟ ਮੋਡ ਤੇ ਲਾ ਸਕਦੇ ਹੋ ਇਹ ਇੱਕ ਐਮਰਜੈਂਸੀ ਟੈਸਟਿੰਗ ਆ ਇਟਲੀ ਦੇ ਵਕਵਖ ਸ਼ਹਿਰਾਂ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਲੁੰਬਰਦੀਆ ਦੇ ਵਿੱਚ ਵੀ ਕੀਤੀ ਜਾਣੀ ਹੈ ਇਸ ਦੇ ਨਾਲ ਕੀ ਹੈ ਜੀ 2024 ਤੋਂ ਇਹ ਜਿਹੜਾ ਇਹਦਾ ਟੈਸਟਿੰਗ ਜਿਹੜੀ ਖਤਮ ਹੋ ਜਣੀ ਹੈ 2024 ਦੇ ਵਿੱਚ ਪੂਰੀ ਇਟਲੀ ਦੇ ਵਿੱਚ ਇਸ ਨੂੰ ਲਾਗੂ ਕੀਤਾ ਜਾਣਾ ਕੋਈ ਤਤਕਾਲ ਐਮਰਜੈਂਸੀ ਆ ਜਾਂਦੀ ਹੈ ਕੋਈ ਪੁਚਾਲ ਆ ਜਾਂਦਾ ਕੋਈ ਸੁਨਾਮੀ ਦਾ ਖਤਰਾ ਹੁੰਦਾ ਕੋਈ ਜਵਾਲਾਮੁਖੀ ਨੇੜੇ ਤੇੜੇ ਫਟਣ ਵਾਲਾ ਹੁੰਦਾ ਜਾਂ ਕੁਝ ਹੋਰ ਇਦਾਂ ਦੀ ਆਪਤਿਜਨਕ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਕੁਦਰਤੀ ਆਫਤਾਂ ਵਾਲੀ ਹੋਵੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਇਹ ਐਮਰਜੈਂਸੀ ਅਲਾਰਮ ਆ ਜਿਹੜਾ ਸਾਡੇ ਟੈਲੀਫੋਨਾਂ ਤੇ ਵੱਜਿਆ ਕਰਨਾ ਕੱਲ ਨੂੰ ਛੱਡ ਕੇ ਜੇਕਰ ਕਿਸੇ ਹੋਰ ਦਿਨ ਸਾਰੇ ਟੈਲੀਫੋਨ ਜਿੰਨੇ ਵੀ ਨੇੜੇ ਤੇੜੇ ਹੈਗੇ ਆ ਉਹ ਵੱਜਦੇ ਆ 1-2 ਮਿੰਟ ਲਗਾਤਾਰ ਬਿਨਾ ਕਿਸੇ ਫੋਨ ਤੋਂ ਇਸ ਦਾ ਮਤਲਬ ਆ ਕਿ ਕੋਈ ਖਤਰਨਾਣ ਵਾਲਾ ਇਹ ਵੀ ਹੋ ਸਕਦਾ ਹੈ ਕਿ ਸਰਕਾਰਾਂ ਪਹਿਲਾਂ ਹੀ ਕੋਈ ਆਉਣ ਵਾਲੇ ਖਤਰਿਆਂ ਬਾਰੇ ਆਗਾਹ ਕਰ ਰਹੀਆਂ ਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਹੋਵੇ ਵੈਰੋਲਾ ਨੂੰ ਆਵਾ ਦੇ ਵਿੱਚ ਇੱਕ ਆਉ ਤੋਂ ਸਕੋਲਾ ਵਾਲਿਆਂ ਨੂੰ ਇਨਕੁਆਰੀ ਕੀਤੀ ਆ ਇੱਕ ਬੰਦੇ ਦਾ ਆਟੋ ਸਕੋਲਾ ਜਿਹੜਾ ਪੂਰੇ ਦਾ ਪੂਰਾ ਸੀਲ ਕਰ ਦਿੱਤਾ ਆਟੋ ਸਕੋਲੇ ਦੇ ਵਿੱਚ ਜਿੰਨਾ ਵੀ ਸਮਾਨ ਸੀ ਟੈਲੀਫੋਨ ਸੀ ਕੰਪਿਊਟਰ ਸੀ ਸਾਰੇ ਜ਼ਬਤ ਕਰ ਲਿਆ ਇਨਕੁਆਰੀ ਚੱਲ ਰਹੀ ਆ ਦੱਸਿਆ ਜਾ ਰਿਹਾ ਕਿ ਉਸ ਆਟੋ ਸਕੋਲੇ ਦੇ ਨਾਲ ਨਾਲ ਵਿਰੋਲਾ ਨੂੰ ਆਵੇ ਤੇ ਹੋਰ ਵੀ ਜਿਹੜੇ ਨੇੜੇ ਤੇੜੇ ਦੇ ਆਟੋ ਸਕੋਲੇ ਆ ਉਹਨਾਂ ਦੇ ਉੱਤੇ ਟੈਸਟਿੰਗ ਟੈਸਟਿੰਗ ਨਹੀਂ ਉਹਨਾਂ ਦੇ ਉੱਤੇ ਛਾਪੇਮਾਰੀ ਹੋ ਰਹੀ ਆ ਕਾਰਨ ਇਹ ਕਿ ਜਿਸ ਹਿਸਾਬ ਦੇ ਨਾਲ ਪੇਪਰ ਪਵਾਏ ਜਾਂਦੇ ਸੀ ਜਿਸ ਹਿਸਾਬ ਦੇ ਨਾਲ ਪ੍ਰੈਕਟੀਕਲ ਦਾ ਪੇਪਰ ਪਾਸ ਹੋ ਰਿਹਾ ਸੀਗਾ ਜਿਸ ਦੇ ਹਿਸਾਬ ਦੇ ਨਾਲ ਟਰੱਕਾਂ ਦਾ ਲਾਇਸੈਂਸ ਕੀਤਾ ਜਾ ਰਿਹਾ ਸੀ ਕਿਸੇ ਬੰਦੇ ਨੇ ਮੁਖਵਰੀ ਕੀਤੀ ਹੈ ਕਿਸੇ ਬੰਦੇ ਨੇ ਪੁਲਿਸ ਦੇ ਕੋਲ ਜਾ ਕੇ ਕਿਹਾ ਕਿ ਇੱਥੇ ਗਲਤ ਤਰੀਕੇ ਦੇ ਨਾਲ ਲਾਇਸੈਂਸ ਬਣ ਰਿਹਾ ਹੈ ਤੇ ਜਿਸ ਦੇ ਨਾਲ ਜਿੰਨੇ ਵੀ ਬੰਦਿਆਂ ਨੇ ਇੱਥੋਂ ਲਾਇਸੈਂਸ ਕੀਤਾ ਸਾਰਿਆਂ ਦੀ ਚੈਕਿੰਗ ਹੋ ਸਕਦੀ ਹੈ ਗੱਲਾਂ ਕਰਦੇ ਅਗਲੇ ਅਪਡੇਟ ਦੀ ਜੀ ਇੱਕ 43 ਸਾਲ ਦਾ ਬੰਦਾ ਜਿਸ ਨੂੰ ਅਰੈਸਟ ਕੀਤਾ ਗਿਆ ਕਾਰਨ ਇਹ ਹੈ ਜੀ ਕਿ ਉਸ ਬੰਦੇ ਨੇ ਡਿਪਲੋਮਾ ਕੀਤਾ ਸੀ ਤੇ ਡਿਪਲੋਮਾ 43 ਸਾਲ ਦੀ ਉਮਰ ਦੇ ਵਿੱਚ ਕਰਨ ਤੋਂ ਬਾਅਦ ਇੰਨੀ ਖੁਸ਼ੀ ਕਿ ਆਪਣੇ ਦੋਸਤਾਂ ਦੇ ਨਾਲ ਪਾਰਟੀ ਮਨਾਣ ਗਿਆ ਪਾਰਟੀ ਦੇ ਵਿੱਚ ਸ਼ਰਾਬ ਪੀ ਲਈ ਸ਼ਰਾਬ ਪੀ ਕੇ ਗੱਡੀ ਚਲਾਈ ਰਸਤੇ 'ਚ ਪੁਲਿਸ ਨੇ ਰੋਕਿਆ ਗੱਡੀ ਵੀ ਹੱਥੋਂ ਗਈ ਲਾਇਸੈਂਸ ਵੀ ਹੱਥੋਂ ਗਿਆ ਤੇ ਹੁਣ ਇਸ ਨੂੰ ਜੇਲ੍ਹ ਯਾਤਰਾ ਕਰਨੀ ਪੈਗੀ ਕਿਉਂਕਿ ਜਿੰਨੀ ਲਿਮਟ ਹੋਣੀ ਚਾਹੀਦੀ ਏ ਉਸ ਤੋਂ 4 ਗੁਣਾ ਜ਼ਿਆਦਾ ਇਸ ਨੇ ਸ਼ਰਾਬ ਪੀਤੀ ਹੋਈ ਸੀ ਜੁਰਮਾਨਾ ਜਿਹੜਾ ਹੋਣਾ ਉਹ ਵੱਖਰਾ ਜਦੋਂ ਅਸੀਂ ਜੁਰਮਾਨੇ ਦੀ ਗੱਲ ਕਰਦੇ ਹਾਂ ਇਟਲੀ ਦੇ ਵਿੱਚ ਇੱਕ ਮੋਂਜ਼ਾ ਏਰੀਆ ਦੇ ਵਿੱਚ ਸ਼ਹਿਰ ਆ ਜੁਸਾਨੋ ਜੁਸਾਨੋ ਸ਼ਹਿਰ ਦੇ ਵਿੱਚ ਇੱਕ 16 ਸਾਲ ਦਾ ਮੁੰਡਾ ਜਿਸ ਨੇ ਫੀਅਟ 500 ਆਪਣੀ ਮੰਮੀ ਦੀ ਗੈਰੇਜ ਦੇ ਵਿੱਚੋਂ ਚੋਰੀ ਕਰਕੇ ਵੀਡੀਓ ਬਣਾ ਕੇ ਗੱਡੀ ਨੂੰ ਕਮਾਣ ਲਾ ਪਿਆ ਪਹਿਲਾਂ ਤਾਂ ਗੈਰੇਜ ਤੋਂ ਆਪਣੇ ਹਾਲ ਦੇ ਵਿੱਚ ਹੀ ਵਿਹੜੇ ਦੇ ਵਿੱਚ ਘੁਮਾਰਿਆ ਸੀਗਾ ਉਸ ਤੋਂ ਬਾਅਦ ਘਰ ਤੋਂ ਬਾਹਰ ਲੈ ਗਿਆ ਗੱਡੀ ਨੂੰ ਤੇ ਗੱਡੀ ਨੂੰ ਜਦੋਂ ਬਾਹਰ ਲੈ ਕੇ ਗਿਆ ਆਲੇ-ਦੁਆਲੇ ਰਗੜ ਦਿੱਤੇ, ਪੰਨ ਦੇਤੇ, ਸ਼ੀਸ਼ੇ ਛੂਛੇ ਤੇ ਟੁੱਟੀ ਉਹ ਹੀ ਗੱਡੀ ਨੂੰ ਵਾਪਸ ਲੈ ਕੇ ਆਉਣ ਤੋਂ ਲੱਗਦਾ ਸੀ ਡਾਰਾ ਚਿਮੀ ਤੇ ਦੋਦੇ ਕੋਰ ਛੱਡਦੇ ਤੇ ਘਰ ਵਾਲਿਆਂ ਨੇ ਨਾਰਮਲ ਜੀ ਗੱਲ ਆ ਚੋਰੀ ਦਾ ਕੇਸ ਪਾ ਦਿੱਤਾ। ਜਦੋਂ ਚੋਰੀ ਦਾ ਕੇਸ ਪਾਇਆ ਤੇ ਪੁਲਿਸ ਨੇ ਸਾਰਾ ਕੋਸ਼ ਚੈੱਕ ਕੀਤਾ, ਆਲੇ-ਦੁਆਲੇ ਇਨਕੁਆਰੀ ਕੀਤੀ, ਕੈਮਰਿਆਂ ਦੇ ਵਿੱਚ ਦੇਖਿਆ ਤੇ ਉਸ ਤੋਂ ਬਾਅਦ 16000 ਯੂਰੋ ਦਾ ਜੁਰਮਾਨਾ ਕਰਦਿਆਂ ਨੂੰ ਕਰ ਦਿੱਤਾ ਕਿਉਂਕਿ ਗੱਡੀ ਜਿਹੜਾ ਬਿਨਾ ਲਾਇਸੈਂਸ ਤੋਂ ਚਲਾ ਰਿਹਾ ਸੀ ਜੇਕਰ ਕੋਈ ਵੀ ਬੱਚਾ ਜਿਸ ਦੀ ਉਮਰ 18 ਸਾਲ ਤੋਂ ਘੱਟ ਆ ਉਹ ਗੱਡੀ ਆਪਣੇ ਘਰਦਿਆਂ ਦੀ ਮਾਪਿਆਂ ਦੀ ਜਾਂ ਕਿਸੇ ਦੀ ਵੀ ਬਿਨਾ ਲਾਇਸੈਂਸ ਤੋਂ ਚਲਾਉਂਦਾ ਹੋਵੇ ਤਾਂ ਉਸ ਨੂੰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਜੁਰਮਾਨੇ ਹੋ ਸਕਦੇ ਜੋ ਕਿ ਹਜ਼ਾਰਾਂ ਦੇ ਵਿੱਚ ਹੋ। ਲਾਸਟਲੀ ਅਪਡੇਟਾਂ ਵੱਲ ਚੱਲਦੇ ਹਾਂ ਜੀ ਲਾਸਟਲਾ ਅਪਡੇਟ ਕਿ ਇਟਲੀ ਦੇ ਵਿੱਚ ਸਰਦੀਨੀਆਂ ਦਾ ਜੋ ਏਰੀਆ ਹੈ ਤੇ 48 ਡਿਗਰੀ ਤੱਕ ਟੈਂਪਰੇਚਰ ਜਾ ਸਕਦਾ ਲੁੰਬਰ ਦੀ ਏਰੀਏ ਦੇ ਵਿੱਚ 33 ਤੋਂ 37 ਡਿਗਰੀ ਜਿਹੜਾ ਟੈਂਪਰੇਚਰ ਜਾ ਸਕਦਾ अफ्रीका ਤੋਂ ਜਿਹੜੀਆਂ ਗਰਮ ਹਵਾਵਾਂ ਤੁਰ ਪਈਆਂ ਨੇ ਕੱਲ ਪਰਸੋਂ ਚੌ ਤੱਕ ਪਹੁੰਚ ਜਾਣੀਆਂ ਮੌਸਮ ਗਰਮੀ ਦਾ ਸ਼ੁਰੂ ਹੋ ਗਿਆ ਇੱਕ ਵਾਰ ਫਿਰ ਜੁਲਾਈ ਦੇ ਮਹੀਨੇ ਦੇ ਵਿੱਚ ਜਿੱਥੇ ਇਟਲੀ ਦੇ ਵਿੱਚ ਗਰਮੀ 48 ਡਿਗਰੀ ਤੱਕ ਕਿਸੇ ਕਿਸੇ ਇਲਾਕੇ ਦੇ ਵਿੱਚ ਪਹੁੰਚਣ ਵਾਲੀ ਹੈ ਉੱਥੇ ਹੀ ਇੰਡੀਆ ਦੇ ਵਿੱਚ ਪੰਜਾਬ ਦਾ ਦੁਆਬਾ ਏਰੀਆ ਐਸ ਟਾਈਮ ਹੜ ਦੇ ਮਾਹੌਲਾਂ ਦੇ ਵਿੱਚ ਸਾਡੇ ਜੇਕਰ ਗੜ੍ਹ ਸਿੰਘ ਘਰ ਹਿਆਰਪੁਰ ਦੇ ਏਰੀਏ ਬਹੁਤ ਸਾਰੇ ਇਹੋ ਜਿਹੇ ਪਿੰਡ ਦੇਖਿਆ ਜਾਂਦਾ ਐਸ ਟਾਈਮ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਬਹੁਤ ਹੀ ਬੁਰਾ ਹਾਲ ਹੋਇਆ ਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਰਦਾਸ ਕਰਨ ਕਿ ਇਸ ਸਿਚੁਏਸ਼ਨ ਚ ਵਾਹਿਗੁਰੂ ਸੱਚੇ ਪਾਤਸ਼ਾਹ ਛੇਤੀ ਤੋਂ ਛੇਤੀ ਬਾਰ ਕੱਢਣ ਜੀ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਅਨ ਖਬਰਾਂ ਤੋਂ ਹੀ ਕੁਲਜੀਤ ਸਿੰਘ ਨਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ